ਤਾਂ ਪਿਆਰੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਗਣਿਤ ਦਾ 4 ਨੰਬਰ ਪੇਪਰ ਹੈ ਜਿਹੜਾ, ਉਹ ਪ੍ਰੈਕਟਿਸ ਪੇਪਰ ਕਰਦੇ ਪਏ ਹਾਂ। ਭਾਈ ਜੈਤਾ ਜੀ ਫਾਊਂਡੇਸ਼ਨ ਵਾਲੀ ਬੁੱਕ 'ਚ ਜਿਹੜਾ ਦਿੱਤਾ ਹੋਇਆ ਆ, ਤਾਂ ਉਹਦੇ ਵਿੱਚ ਬੇਟਾ 5 ਸਵਾਲ ਕਰ ਚੁੱਕੇ ਹਾਂ। 6ਵਾਂ ਸਵਾਲ ਆ, ਜੋ ਸਰਲ ਰੇਖਾ ਕੇਂਦਰ ਤੋਂ ਲੰਘ ਕੇ ਚੱਕਰ ਦੇ ਦੋਨਾਂ ਪਾਸਿਆਂ ਤੋਂ ਪ੍ਰੀਧੀ ਨੂੰ ਛੂਹੇ, ਉਸ ਨੂੰ ਕੀ ਕਹਿੰਦੇ ਹਨ? ਤਾਂ ਬੇਟਾ ਆਹ ਇੱਕ ਚੱਕਰ ਆ, ਮੈਂ ਤੁਹਾਨੂੰ ਹੋਰ ਵੀ ਕਾਫੀ ਪੁਆਇੰਟ ਇਹਦੇ ਵਿੱਚ ਕਲੀਅਰ ਕਰਨ ਲੱਗਾ ਆ। ਆਹ ਚੱਕਰ ਆ, ਆਹ ਬੇਟਾ ਚੱਕਰ ਦਾ ਇੱਕ ਕੇਂਦਰ ਹੁੰਦਾ ਆ, ਠੀਕ ਹੈ? ਜਿਹੜੀ ਰੇਖਾ ਬੇਟਾ ਚੱਕਰ ਨੂੰ ਇੱਕ ਬਿੰਦੂ 'ਤੇ ਛੂੰਹਦੀ ਆ, ਉਹਨੂੰ ਅਸੀਂ ਸਪਰਸ਼ ਰੇਖਾ ਕਹਿੰਦੇ ਹਾਂ। ਕਿਹੜੀ ਰੇਖਾ? ਸਪਰਸ਼ ਰੇਖਾ, ਠੀਕ ਹੈ ਬੇਟਾ। ਜਿਹੜੀ ਰੇਖਾ ਚੱਕਰ ਨੂੰ ਦੋ ਅਲੱਗ ਅਲੱਗ ਬਿੰਦੂਆਂ ਤੋਂ ਕੱਟ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕਾਟਕ ਰੇਖਾ। ਕਿਹੜੀ ਰੇਖਾ? ਕਾਟਕ ਰੇਖਾ, ਠੀਕ ਹੈ। ਜਿਹੜੀ ਰੇਖਾ ਚੱਕਰ ਨੂੰ ਦੋ ਅਲੱਗ ਅਲੱਗ ਬਿੰਦੂਆਂ 'ਤੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਚੱਕਰ ਦੀ ਜੀਵਾ, ਠੀਕ ਹੈ ਪੁੱਤ। ਅਤੇ ਜਿਹੜੀ ਰੇਖਾ ਬੇਟਾ ਚੱਕਰ ਦੇ ਕੇਂਦਰ ਦੇ ਵਿੱਚੋਂ ਦੀ ਲੰਘਦੀ ਹੈ, ਦੋਵੇਂ ਪਾਸੇ ਆਪਸ ਦੇ ਵਿੱਚ ਰਲਦੀ ਹੈ, ਇਹਨੂੰ ਸਭ ਤੋਂ ਵੱਡੀ ਜੀਵਾ ਜਾਂ ਇਹਨੂੰ ਵਿਆਸ ਵੀ ਕਹਿੰਦੇ ਆ। ਹੁਣ ਇਹਦੇ ਬਾਰੇ ਪੁੱਛਦਾ ਪਿਆ ਬੇਟਾ, ਤਾਂ ਪੁੱਛਦਾ ਪਿਆ ਵੀ ਜਿਹੜੀ ਰੇਖਾ ਚੱਕਰ ਦੇ ਕੇਂਦਰ 'ਚੋਂ ਲੰਘ ਕੇ ਦੋਨਾਂ ਪਾਸਿਆਂ ਤੋਂ ਪ੍ਰੀਧੀ ਨੂੰ ਛੂਹੇ, ਪ੍ਰੀਧੀ ਘੇਰੇ ਨੂੰ ਕਹਿੰਦੇ ਆ, ਦੋਵੇਂ ਪਾਸੇ ਛੂੰਹਦੀ, ਇਹਨੂੰ ਅਸੀਂ ਚੱਕਰ ਦਾ ਵਿਆਸ ਵੀ ਕਹਿੰਦੇ ਆ, ਸਭ ਤੋਂ ਵੱਡੀ ਜੀਵਾ ਵੀ ਕਹਿ ਦਿੰਦੇ ਆ, ਠੀਕ ਹੈ ਬੇਟਾ। ਤਾਂ ਆਪਾਂ ਆਲਟਰਨੇਟਿਵ ਆਂਸਰ ਦੇਖ ਲਾਂਗੇ, ਤੁਹਾਨੂੰ ਆ 4ਾਂ 'ਚੋਂ ਕੁਛ ਵੀ ਪੁੱਛ ਸਕਦਾ, ਪਰ ਹੁਣ ਉਹਨੇ ਵਿਆਸ ਦੇ ਬਾਰੇ ਪੁੱਛਿਆ ਆ। ਤਾਂ ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ, ਆ ਵਿਆਸ ਉੱਤਰ ਜਿਹੜਾ ਉਹਨੇ ਦਿੱਤਾ ਹੋਇਆ ਆ, ਇਹਨੂੰ ਆਪਾਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ, ਠੀਕ ਹੈ। ਅੱਗੇ ਬੇਟਾ ਆ ਗਿਆ ਸਵਾਲ ਨੰਬਰ 7। ਕੀ ਕਹਿੰਦਾ ਪਿਆ? ਕਹਿੰਦਾ ਇੱਕ ਸੰਪੂਰਨ ਦਿਨ ਅਤੇ ਰਾਤ ਦਾ 1/4 ਭਾਗ ਕਿੰਨਾ ਹੁੰਦਾ? ਸੰਪੂਰਨ ਦਿਨ ਅਤੇ ਰਾਤ ਦੇ ਵਿੱਚ ਬੇਟਾ 24 ਘੰਟੇ ਹੁੰਦੇ ਆ, ਠੀਕ ਹੈ। ਇਹਦਾ ਮਤਲਬ 24 ਦਾ 1/4 ਬਰਾਬਰੇ 24 × 1/4, ਠੀਕ ਆ, 24 6 × 6, 6 ਘੰਟੇ ਆ ਗਿਆ ਦਿਨ ਅਤੇ ਰਾਤ ਦਾ 1/4 ਭਾਗ। ਤਾਂ ਬੇਟਾ 3 ਨੰਬਰ 'ਤੇ 6 ਘੰਟੇ ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ, ਠੀਕ ਹੈ ਬੇਟਾ। ਅੱਗੇ ਆ ਗਿਆ 8 ਨੰਬਰ ਸਵਾਲ। ਕਹਿੰਦਾ ਇੱਕ ਗੱਡੀ ਮੁੰਬਈ ਤੋਂ 8:30 ਵਜੇ ਰਵਾਨਾ ਹੁੰਦੀ ਹੈ ਅਤੇ ਠਾਣੇ 11:50 'ਤੇ ਪਹੁੰਚਦੀ ਹੈ, 8:30 'ਤੇ ਰਵਾਨਾ ਹੁੰਦੀ ਹੈ, ਠੀਕ ਹੈ ਬੇਟਾ। ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਦੇਖੋ 9:30 'ਤੇ, 8:30 ਤੋਂ ਬਾਅਦ 9:30, 9:30 'ਤੇ 1 ਘੰਟਾ ਹੋ ਗਿਆ, ਫਿਰ 10:30 'ਤੇ, 10:30 'ਤੇ 1 ਘੰਟਾ ਹੋਰ ਹੋ ਗਿਆ, ਠੀਕ ਹੈ। ਫਿਰ ਬੇਟਾ 11:30 'ਤੇ 1 ਘੰਟਾ ਹੋਰ ਹੋ ਗਿਆ, ਠੀਕ ਹੈ, ਅਤੇ 11:50 'ਤੇ ਪਹੁੰਚ ਗਈ ਹੈ, 11:30 ਤੋਂ 11:50 'ਤੇ 20 ਮਿੰਟ, ਠੀਕ ਹੈ ਬੇਟਾ। ਤਾਂ ਪਹੁੰਚਦੀ ਉਸਨੇ ਠਾਣੇ ਪਹੁੰਚਣ ਵੇ 1 + 1 + 1 + 20 ਮਿੰਟ, ਇਹਦਾ ਮਤਲਬ 3 ਘੰਟੇ 20 ਮਿੰਟ, ਠੀਕ ਹੈ ਬੇਟਾ। ਤਾਂ ਇਹ ਤੁਸੀਂ ਆਪਣੇ ਹਿਸਾਬ ਨਾਲ ਆਈਡੀਆ ਲਾ ਕੇ ਦੱਸ ਦੇਣਾ, 3 ਘੰਟੇ 20 ਮਿੰਟ ਪਹਿਲੇ ਨੰਬਰ 'ਤੇ ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਅੱਗੇ ਬੇਟਾ ਆ ਗਏ ਇਸੇ ਸੈੱਟ ਦੇ ਸਵਾਲ ਨੰਬਰ 9 ਦੇ ਉੱਤੇ, ਠੀਕ ਹੈ। ਸਵਾਲ ਨੰਬਰ 9 'ਤੇ ਕੀ ਕਹਿੰਦਾ ਪਿਆ? ਕਹਿੰਦਾ ਰਾਜੂ ਅਤੇ ਦਾਸ ਦੀ ਉਮਰ ਦਾ ਅਨੁਪਾਤ 5:4 ਹੈ। ਰਾਜੂ ਦਾਸ ਫਿਰ ਰਾਜੂ ਅਤੇ
10 ਪਹਿਲਾਂ ਅਨੁਪਾਤ ਦਿੱਤਾ ਹੋਇਆ ਬੇਟਾ 5:4, ਠੀਕ ਹੈ। ਫਿਰ ਕਹਿੰਦਾ ਜੇ ਰਾਜੂ ਦੀ ਉਮਰ 70 ਸਾਲ ਹੋਵੇ ਤਾਂ 10 ਦੀ ਉਮਰ ਐਕਸ ਮੰਨ ਲਾਂਗੇ। ਬੇਟਾ ਇਹ ਸਿੱਧਾ ਕ੍ਰਮ ਅਨੁਪਾਤ ਲੱਗਣਾ, ਇਹਦੇ ਵਿੱਚ ਪਹਿਲੇ ਦੀ ਚੌਥੇ ਨਾਲ ਗੁਣਾ ਅਤੇ ਦੂਜੇ ਦੀ ਤੀਜੇ ਨਾਲ ਗੁਣਾ। 5x = 4×70, ਆ 5 ਤੇ ਕੱਟੇ ਜਾਣੇ ਆ, 5×5=20 ਅਤੇ 14×56 x=56, ਠੀਕ ਹੈ। ਐਕਸ ਕੀ ਸੀ, ਅਸੀਂ 10 ਦੀ ਉਮਰ ਮੰਨ ਕੇ ਚੱਲੇ ਸੀਗੇ, ਤਾਂ ਆਪਾਂ ਆਲਟਰਨੇਟਿਵ ਦੇਖਦੇ ਹਾਂ। ਆ ਦੋ ਨੰਬਰ ਦੇ ਉੱਤੇ 56 ਸਾਲ ਉੱਤਰ ਦਿੰਦਾ ਪਿਆ, ਇਹਨੂੰ ਐਜ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਬੇਟਾ ਆ ਗਿਆ ਸਵਾਲ ਨੰਬਰ 10, ਕਹਿੰਦਾ ਉਹ ਰਕਮ ਪਤਾ ਕਰੋ ਜੋ 75%, ਜਿਸ ਦਾ 75% 225 ਰੁਪਏ ਹੋਵੇ ਤਾਂ ਮੰਨੋ ਰਕਮ ਬਰਾਬਰ ਐਕਸ ਰੁਪਈਏ, ਠੀਕ ਹੈ। ਇਹਦਾ ਮਤਲਬ ਸਵਾਲ ਅਨੁਸਾਰ ਐਕਸ ਦਾ 75% ਬਰਾਬਰ 225, ਠੀਕ ਹੈ ਪੁੱਤ। ਤਾਂ ਦਾ ਗੁਣਾ ਹੁੰਦੀ ਹੈ ਐਕਸ ਗੁਣਾ 75%, 100 ਪਿੱਛੇ 75/100 ਬਰਾਬਰ 225, ਠੀਕ ਹੈ ਪੁੱਤ। ਅਤੇ ਹੁਣ ਬੇਟਾ ਇਹਨੂੰ ਕੱਟ ਲਓ ਤੁਸੀਂ, 25×75, 25×100, ਠੀਕ ਹੈ। ਤਾਂ ਇਹ 3/4 ਆ ਗਿਆ, ਐਕਸ ਨੇ ਇੱਧਰ ਰਹਿ ਜਾਣਾ, 3/4 ਨੇ ਉੱਧਰ ਜਾ ਕੇ, ਜਾਂ 3 ਨੇ ਤੁਸੀਂ ਜਾਂ ਤਾਂ 3 ਤੇ ਸਿੱਧਾ ਕੱਟ ਲਓ, ਜਾਂ ਇਹਨੂੰ ਇੱਕ ਸਟੈਪ ਹੋਰ ਵਧਾ ਲਓ, 225×4/3, ਉੱਧਰ ਜਾ ਕੇ ਅੰਸ਼ ਹਰ ਅਤੇ ਹਰ ਅੰਸ਼ ਬਣ ਜਾਂਦਾ ਆ, ਠੀਕ ਹੈ। ਤਾਂ ਇਹ ਜਿਹੜੀ ਗੁਣਾ ਦੀ ਰਕਮ ਭਾਗ 'ਚ ਬਦਲਦੀ ਹੈ ਨਾ ਜਾ ਕੇ, ਤਾਂ ਭਾਗ ਕਰਦੇ ਅੰਸ਼ ਹਰ ਅਤੇ ਹਰ ਅੰਸ਼ 'ਚ ਬਦਲ ਜਾਂਦਾ। ਤਾਂ 3×7=21, 3×5=15, 75 ਨੂੰ 4 ਨਾਲ ਗੁਣਾ ਕੀਤੀ ਅਤੇ ਐਕਸ ਬਰਾਬਰ 300 ਆ ਗਿਆ, ਠੀਕ ਹੈ। ਤਾਂ ਕੀ ਰਾਸ਼ੀ ਕਿੰਨੀ ਆ ਗਈ, 300 ਰੁਪਈਆ। ਆ ਇੱਕ ਨੰਬਰ ਦੇ ਉੱਤੇ 300 ਰੁਪਈਏ ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਲਵਾਂਗੇ। ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10। ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।